ਸਰਦਾਰ ਬੂਟਾ ਸਿੰਘ ਸ਼ਾਦ ਹੋਰਾਂ ਦੀ ਕਹਾਣੀਆਂ ਨੇ ਜਿਹੜੀਆਂ ਪੰਜਾਬ ਦੇ ਪਿੰਡਾਂ ਦੀਆਂ ਕਹਾਣੀਆਂ, ਮੱਧ ਵਰਗੀ ਪਰਿਵਾਰਾਂ ਦੀਆਂ ਬੇਜੋੜ ਵਿਆਹਾਂ ਦੀਆਂ ਕਹਾਣੀਆਂ ਨੇ। ਕਰੜੇ ਲਿਖਦੇ ਆ ਉਹ ਹੋ ਗਏ ਤਾਂ ਜੱਗੀ ਗੁੱਸਾ ਹੋ ਜਾਵੇ, ਪਰ ਉਹ ਸੱਚਾਈ ਹੈ, ਉਸ ਸੱਚਾਈ ਨੂੰ ਜਿਹੜੀ ਆਰਥਿਕਤਾ ਨਾਲ ਜੁੜੀ ਸੱਚਾਈ ਹੈ। ਬੇਜੋੜ ਰਿਸ਼ਤਿਆਂ ਦੀ ਕਹਾਣੀ ਹੈ, ਬੇਜੋੜ ਰਿਸ਼ਤਿਆਂ 'ਚ ਭਟਕਣਾ ਦੀ ਕਹਾਣੀ ਹੈ, ਮੁੜ ਕੇ ਕਲੇਸ਼ ਪੈਂਦਾ, ਸੁਆਹ ਸੱਕਰ ਸੇਵੀਆਂ ਹੁੰਦੀਆਂ, ਇਹੀ ਕਹਾਣੀ ਹੈ। ਥਾਂ ਦੀ ਇੱਟ ਨੰਦੋ ਤੇ ਪਹਿਰਾ ਲੱਗ ਗਿਆ, ਬਾਬਾ ਸ਼ਾਮੂ ਕੋਲਿਆਂ ਵਾਲਾ ਖੁੰਡਾ ਲੈ ਕੇ ਬਾਹਰ 'ਚ ਬਹਿ ਗਿਆ, ਸਾਰੇ ਪਿੰਡ 'ਚ ਗੱਲਾਂ, ਬਾਬੇ ਸ਼ਾਮੂ ਦੇ ਸਿਰ ਤੇ ਫੱਟ ਹਲੇ ਪੂਰਾ ਠੀਕ ਨਹੀਂ ਸੀਗਾ, ਗੋਹੇ ਨਾਲ ਲਿਬੜੇ ਫੋੜੇ ਨੇ ਸ਼ਾਮੂ ਦੇ ਬੁੱਢੇ ਸਿਰ 'ਚ ਚੱਪਾ ਮੋਗਾ ਖੋਲਤਾ, ਦੇਹੜੀ ਦੇ ਅੰਦਰ ਊਰੀ ਵਾਂਗੂ ਘੁੰਮ ਗਿਆ, ਹੁਣ ਬਾਬਾ ਬਾਹਰ ਨਾ ਜਾਂਦਾ ਤੇ ਖੇਤਾਂ ਤੋਂ ਜਾਣਾ ਉਹਨੇ ਬੰਦ ਕਰਤਾ। ਨੰਦੋ ਨੂੰ ਕੰਨ ਤੱਕ ਖੁਰਕਣਾ ਦਿੰਦਾ, ਸ਼ਾਮੂ ਨੇ ਨੰਦੋ ਦੱਬ ਕੇ ਝੰਬੀ, ਨੰਦੋ ਨੇ ਸੀ ਨਾ ਕੀਤੀ, ਉਹ ਵੀ ਹੱਡ ਦੀ ਕਰੜੀ ਸੀ, ਸਿਦਕ ਦੀ ਕਰੜੀ ਸੀ, ਮੂੰਹੋਂ ਕਿਹੜਾ ਸ਼ਬਦ ਕੇਰ ਦਿੰਦੀ, ਉਹ ਨਿਰਾ ਪੱਥਰ ਤੇ ਲਕੀਰ ਹੁੰਦਾ, ਮਰਦੀ ਮਰ ਜਾਂਦੀ ਤਾਂ ਪਿਓ ਦੀ ਧੀ ਬਦਲਦੀ। ਪੁਰਾਣੇ ਸਮੇਂ ਦੀ ਕਹਾਣੀ ਆ, ਬਕਸੌਰ ਫੌਜ ਚੋਂ ਨੌ ਕਟਾ ਕੇ ਆਇਆ ਨੰਦੋ ਮੁਕਲਾਵੇ ਆਈ, ਹਰਨੀ ਵਰਗੀ ਮੋਟੀਆਂ ਮੋਟੀਆਂ ਕਾਲੀਆਂ ਅੱਖਾਂ, ਸ਼ੀਂਟਕੀ ਸਰੀਰ ਦੀ, ਸ਼ਵਾਬ ਦਾ ਤਿੱਖੜ ਦੁਪਹਿਰ, ਹੁਸਨ ਦਾ ਕਹਿਰ। ਬਾਪੂ ਨੇ ਗਰੀਬੀ ਚ 2000 ਦੀ ਸ਼ਾਮੂ ਨੂੰ ਵੇਚਤੀ, ਨੰਦੋ 25 ਦੀ ਤੇ ਸ਼ਾਮੂ 45 ਦਾ, ਪਰ ਨੰਦੂ ਦੇ ਬਾਪੂ ਨੇ ਜਵਾਨ ਆਪਣੀ ਪੂਰੀ ਕਰਤੀ ਤੇ ਬਲੀ ਦੇਤੀ। ਬਕਸੌਰ ਨਵੀਂ ਚਾਚੀ ਵੇਖਣ ਆਇਆ ਫੌਜ ਚੋਂ ਨੌ ਕਟਾ ਕੇ, ਘਰ ਆਉਂਦਾ ਹੀ ਅੱਡ ਹੋ ਗਿਆ, ਨਵੀਂ ਮੁਕਸਰੀ ਜੁੱਤੀ ਦੀ ਹਾਲੇ ਦੌਰ ਨਹੀਂ ਸੀ ਕਸੀ, ਨੋਕਾਂ ਵਾਲੇ ਠੂਠੇ ਦੀ ਪੂਛ ਵਾਂਗ ਖੜੀਆਂ ਤੇ ਤਿੱਲਾਂ ਨੰਦੋ ਦੇ ਖੱਟੇ ਖੱਟੇ ਰੰਗ ਵਰਗਾ ਸੀ। ਨਹਾ ਧੋ ਕੇ ਮੁੱਛਾਂ ਨੂੰ ਵੱਟ ਦਿੰਦਾ, ਪੈਰ ਤੇ ਮਿੱਟੀ ਨਾ ਪੈਣ ਦਿੰਦਾ, ਆਥਣੇ ਜਦ ਮੁਰਗੇ ਜਾਂ ਆਂਡਿਆਂ ਨੂੰ ਤੜਕਾ ਲੱਗਦਾ ਤਾਂ ਸਾਰੇ ਪਿੰਡ ਦੇ ਨੱਕ 'ਚ ਭੂਰੀ ਕੀੜੀ ਲੜਦੀ, ਫੌਜ ਤੋਂ ਲਿਆਂਦੀ ਰਮ ਕਾਲੇ ਰੰਗ ਦੀ ਕੱਢ ਕੇ ਪੀ ਕੇ ਤੇ ਨਾਲ ਮੁਰਗਾ ਚੱਬ ਕੇ ਟਿੱਕੀ, ਰਾਤ ਮਸਤ ਬੋਤੇ ਵਾਂਗੂ ਦੰਦ ਕਰੀਚਦਾ ਬਖਤੌਰ, ਚੜ੍ਹਦੀ ਵਰੇਸ ਚ ਆ ਕੇ ਜਦ ਘਰੇ ਵੜਿਆ, ਚਾਚੀ ਸੀ ਉਹਦੀ, ਸ਼ਾਮੂ ਉਹਦਾ ਤਾਇਆ ਲੱਗਦਾ ਸੀ, ਨਾ ਚਾਚਾ ਲੱਗਦਾ ਸੀ, ਬੜੇ ਭਾਈ ਦਾ ਮੁੰਡਾ ਸੀ। ਅੰਦਰ ਵੜਦੇ ਜਦ ਦੇਖਿਆ ਉਸਨੇ ਨੰਦੋ ਵੱਲ, ਇਉਂ ਲੱਗਿਆ ਕਿ ਬਹੁਤ ਵਰਿਆਂ ਦੇ ਇੱਕ ਦੂਜੇ ਨੂੰ ਜਾਣਦੇ ਆ ਤੇ ਇੱਕ ਦੂਜੇ ਨੂੰ ਤੱਕਦੇ ਰਹੇ, ਜਿਵੇਂ ਪਹਿਚਾਣ ਰਹੇ ਸਨ, ਪੁਰਾਣੀ ਪਹਿਚਾਣ ਨਿਕਲੇ ਆਈ ਸੀ ਕੋਈ ਉਮਰਾਂ ਦੀ ਸਾਂਝ। ਚਾਚੀ ਮੱਥਾ ਟੇਕਦਾ ਕਹਿਣ ਤੋਂ ਪਹਿਲਾਂ ਬਕਸੌਰ ਹਲੇ ਤਕੜੀਆਂ ਚਾ ਚਾ ਕਹਿੰਦੇ ਕਹਿੰਦੇ ਚਾਚੀ, ਨੰਦੋ ਨੇ ਸਿਰ ਘੁਮਾ ਕੇ ਸ਼ਿਕਵਾ ਕੀਤਾ, ਕਹਿਣ ਨਾਲ ਤਾਂ ਖੂਹ 'ਚ ਸਿੱਟਦੇ, ਇਹਨੂੰ ਸੰਗ ਤਾਂ ਨਹੀਂ ਆਉਂਦੀ, ਚਾਚੀ ਕਹਿੰਦੇ ਨੀ ਮੈਨੂੰ। ਜਦ ਫਿਰ ਜਿਹੜਾ ਕੋ ਕਹਿ ਉਹ ਕਹਿ ਦਿੰਦੇ ਆ, ਤੂੰ ਤਕੜਾ ਹੈ, ਨੰਦੋ ਨੇ ਸਰਸਰੀ ਕਿਹਾ। ਨੰਦੂ ਨੂੰ ਘਰ ਦੀਆਂ ਸੁੰਨੀਆਂ ਕੰਧਾਂ ਹੁਣ ਖੁਸ਼ੀ ਦਾ ਹੁਸਨ ਵਰਦਾ ਜਾਪਿਆ। ਨੰਦੂ ਨੂੰ ਜਦ ਦਾ ਬਖਤੌਰ ਮਿਲਿਆ ਤਾਂ ਸ਼ਾਮੂ ਦੇ ਨਾਲ ਜਿਹੜੀ ਜ਼ਿੰਦਗੀ ਉਹਦੀ ਮਾੜੀ ਸੀ ਉਹ ਵੀ ਚੰਗੀ ਲੱਗਣ ਗਈ। ਰਾਤ ਨੰਦੋ ਨੇ ਤਾਰਿਆਂ ਨਾਲ ਹੱਸ ਹੱਸ ਗੱਲਾਂ ਕੀਤੀਆਂ। ਅਗਲੀ ਸਵੇਰ ਸ਼ਾਮੂ ਬਾਬਾ ਖੇਤ ਦੇ ਜਾਣ ਮਗਰੋਂ ਨੰਦੋ ਨੇ ਕਾਲੀ ਸਲਵਾਰ, ਕਾਲੀ ਕਮੀਜ਼ ਤੇ ਸਲਵਾਰ ਪਾਈ, ਚਿੱਟਾ ਦੁਪੱਟਾ ਭਰੇ ਚੰਦਰਮਾ ਦੁਆਲੇ ਅਵਾਰ ਬੱਦਲ ਕੁਰੋਲਾਂ ਕਰਦਾ ਲੱਗਿਆ, ਅਵਾਰੇ ਬੱਦਲ ਤੇ ਬਖਤੌਰਾ ਆ ਗਿਆ ਦਰਵਾਜ਼ੇ 'ਚ ਪੈਰ ਮਿਲਿਆ, ਤੁਰਲੇ ਵਾਲੀ ਪੱਗ ਬੰਨੀ ਮੱਥੇ ਨਾਲ ਲੱਗਦੇ ਕਾਲੇ ਚਾਦਰੇ ਵਿੱਚ ਦੀ ਉਹਦੇ ਮੱਛੀਆਂ ਵਾਲੇ ਗੋਰੇ ਪੱਟ ਚੱਕਲਾ ਕਰਦੇ ਸੀ। ਨੰਦੋ ਨੇ ਇਸ਼ਾਰਾ ਕੀਤਾ, ਪੇਟੀਆਂ ਵਾਲੇ ਜਾ ਕੇ ਬਹਿ ਗਏ, ਗੱਲਾਂ ਚੱਲਣ ਲੱਗੀਆਂ ਕਿ ਆਹ ਪਿਓ ਨੇ ਕੀ ਕੀਤਾ। ਕਹਿੰਦੀ ਮੈਂ ਕੀ ਕਰਾਂ, ਗਰੀਬੀ ਸਰਦਾਰਾ ਬਹੁਤ ਵੱਡਾ ਸਰਾਪ ਹੁੰਦਾ। ਅੱਛਾ ਹੁਣ, ਕਹਿੰਦੀ ਹੁਣ ਕੀ ਉਮਰ ਲੰਘਾਵੇਂਗਾ,
ਪੱਕਾ, ਹੁਣ ਕੀ ਕਰਨਾ? ਦੇਖ ਲਾ ਰਿਸ਼ਤਾ ਕਹਿਦਾ, ਕਹਿਰਾ ਹੋਵੇ ਦੂਰਾ ਹੋਵੇ, ਹੁਣ ਕੀ ਕਹਾਣੀ ਹੈ? ਹੁਣ ਤਾਂ ਸਿਰੇ ਲੱਗੂ ਕਹਾਣੀ। ਕਪਾਹ ਖਿੜਨ ਲੱਗ ਗਈ, ਸ਼ਾਮੂ ਨੰਦੋ ਨੂੰ ਕਪਾਹ ਤੋੜਨਾ ਭੇਜਦਾ। ਬਹੁਤ ਸਾਂਭ ਕੇ ਲੱਗਦਾ ਕਿ ਸਿੱਕਰੀਆਂ ਕਿਤੇ ਝਰੀਟਾਂ ਦਾ ਮਾਰ ਦੇਣ ਸਰੀਰ ਤੇ। ਗੋਰਾ ਰੰਗ ਮੁੜ ਕੇ ਰਾਹੀ ਖੇਤ ਚ ਨਹੀਂ ਉਹ ਬਹਿਣ ਦਿੰਦਾ ਸੀ। ਸਾਰਾ ਟੱਬਰ ਕਪਾਹ ਚੁਗਣ ਜਾਂਦਾ ਤੇ ਬਖਤੌਰ ਅੱਜ ਦੁਪਹਿਰੇ ਘਰੇ ਆ ਕੇ ਕਹਿੰਦਾ, ਮੈਂ ਤਾਂ ਅੱਜ ਪੀਣੀ ਹੈ। ਬਖਤੌਰ ਨੇ ਚਾਦਰ ਦੇ ਡੱਬ ਚੋਂ ਨੰਦੋ ਦੇ ਰੰਗ ਵਰਗੀ ਸੰਤਰਾ ਕੱਢ ਕੇ ਘੁਮਾਈ ਤੇ ਮਣਕਾ ਬੰਨ ਕੇ ਦੇਖਿਆ ਤਾਂ ਅੱਧੀ ਬੋਤਲ ਸੂਤ ਧਰੀ। ਮੈਂ ਜਾਨ ਬਾਰ ਦੂੰ ਤੇਰੇ ਖਾਤਰ, ਜਦ ਪੀ ਕੇ ਚੜੀ ਤਾਂ ਬਖਤੌਰਾ ਲੱਗ ਗਿਆ ਗੱਲ ਕਰ, ਤੇਰੇ ਇਸ਼ਾਰੇ ਤੇ ਪਿੰਡ ਮਾਰ ਦਿਆਂ ਮੈਂ, ਤੂੰ ਆਖੇ ਦਿੱਲੀ ਦੱਖਣ ਗਾਹ ਦੀਏ ਅਸੀਂ, ਤੂੰ ਮੇਰਾ ਤੇਰਾ ਸਹਾਰਾ ਚਾਹੀਦਾ, ਜਾਨ ਲਲਾਮ ਕਰ ਦੂੰ ਲਲਾਮ ਤੇਰੇ ਤੇ। ਮੂੰਹ ਦੇ ਵਿੱਚ ਜੀਭ ਜਿਹੜੀ ਡੱਕ ਡੱਕ ਬੋਲਣ ਲੱਗੀ, ਨਸ਼ੇ ਦੀਆਂ ਗੱਲਾਂ ਕਰਨ ਲੱਗ ਗਿਆ। ਉਹ ਕਹਿੰਦੀ, ਸਰਦਾਰ ਜੀ ਇੱਥੇ ਕੱਖ ਨਹੀਂ ਬਣਨਾ, ਇੱਥੋਂ ਠੀਹਾ ਠੱਪੜਾ ਚੱਕਣਾ ਪੈਣਾ, ਤੇਰੀ ਚਾਚੇ ਭਤੀਜੇ ਵਾਲੀ ਕੁਛ ਕੁ ਦਿਨੇ ਚੱਲਣੀ ਹੈ, ਡਾਂਗ ਖੜਕ ਜਾਣੀ ਹੈ ਇੱਥੇ, ਬੁੜਾ ਬਹੁਤ ਕਰੜਾ। ਕਰੜਾ ਦਾ ਕਰੜਾ ਸਹੀ, ਚਾਚਾ ਹੀ ਹੈ, ਦੇਖੀ ਜਾਊ ਜਿਵੇਂ ਹੋਊ ਉਕਣੇ ਸਹੀ। ਫਿਰ ਤੇਰੇ ਵੱਲ ਕੋਈ ਜੇ ਚੀਚੀ ਚੱਕੂ, ਚੀਚੀ ਕਸਾ ਕੇ ਵੱਢ ਦੂ ਕਸਾ ਕੇ। ਬਖਤੌਰਾ ਡਬਲ ਗੱਲ ਕਰਦਾ, ਧਰਤੀ ਚ ਗੱਡ ਦਿਆਂਗੇ ਉੱਪਰ ਦਹੀਂ ਪਾ ਕੇ, ਕੁੱਤੇ ਨਾ ਛੱਡ ਦਿਆਂ ਮੈਂ ਪਿੰਡ ਦੇ। ਮੂਹਰੇ ਹੱਸਦੀ ਹੱਸਦੀ ਨੰਦੋ ਕਹਿੰਦੀ, ਉੱਚੀ ਗੱਲ ਕਰਦਾ। ਉੱਥੇ ਸੁੱਤਾ ਪਿਆ ਨੰਦੋ ਦੀ ਅੱਖ ਖੁੱਲੀ, ਧੁੱਪ ਢਲਕ ਗਈ ਬਾਹਰਲੇ ਬੰਨੇ, ਜਦ ਉਹਨੇ ਦੇਖਿਆ ਕਿ ਚਾਹ ਲੈਣ ਆਉਣ ਵਾਲਾ। ਹੁਣ ਤਾਂ ਸ਼ਾਮੂ ਨੇ ਚਾਹ ਦਾ ਜਿਹੜਾ ਡੋਲੂ ਲੈ ਕੇ ਜਾਣਾ ਸੀ ਤੜਾਵੀਆਂ ਲਈ, ਨੰਦੋ ਹਾਕਾਂ ਮਾਰੇ ਤੇ ਰੱਜ ਕੇ ਦਾਰੂ ਸੁੱਤਾ ਪਿਆ ਬਖਤੌਰ ਉੱਠਿਆ, ਬੇਖਬਰ ਸੀ। ਰੱਜੇ ਦਿਓ ਵਾਂਗੂ ਘਰਾੜੇ ਮਾਰਦਾ ਤੇ ਅੰਦਰ ਦੇਖ ਕੇ ਸ਼ਾਮੂ ਕਹਿੰਦਾ, ਇਹ ਅੰਦਰ ਪਿਆ ਕੌਣ? ਨੰਦੋ ਨੇ ਕਿਹਾ, ਪੂਰੇ 365 ਚਲਿੱਤਰ ਵਾਲੇ ਗੇਰ ਚ ਆ ਖੜੀ। ਬਖਤੌਰ ਹੋਰ ਕੌਣ ਹੈਗਾ? ਨੰਦੋ ਨੇ ਸਰਸਰੀ ਚ ਕਿਹਾ, ਪਤਾ ਨੀ ਘੰਟਾ ਹੋ ਗਿਆ ਚਾਚਾ 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 ਕਰਦਾ ਅੰਦਰ ਆ ਕੇ ਮੰਜੇ ਤੇ ਪੁੱਠਾ ਡਿੱਪਿਆ, ਮੈਂ ਬਾਹਰ ਨਿਕਲਿਆ ਹੀ, ਬਸ ਅੰਦਰ ਹੀ ਸੌ ਗਿਆ ਅੰਦਰ ਵੱਡਾ ਨਾਢੂ ਖਾਂ, ਬਾਹਰ ਨੀ ਕੱਢੀਦਾ ਸੀ। ਸ਼ਾਮੂ ਕਿਹੜਾ ਸੀ, ਕੀ ਹੋਇਆ? ਘਰਾਂ ਦਾ ਮੁੰਡਾ ਜੇ ਅੰਦਰ ਆ ਕੇ ਪੈ ਗਿਆ। ਨੰਦੋ ਸਿੱਧੀ ਖੜੀ ਹੋ ਗਈ, ਸ਼ਾਮੂ ਤਿੜਕ ਗਿਆ, ਉਹ ਤਾਂ ਠੀਕ ਹੈ ਪਰ ਫੇਰ ਵੀ ਲੋਕਾਂ ਦੇ ਮੂੰਹ ਨੇ ਸੰਗਤਾਂ ਨੀ ਆਉਂਦੀ ਤੈਨੂੰ, ਲੱਗਦਾ ਕੀ ਆ ਮੇਰੇ ਜਵਾਕਾਂ ਵਰਗਾ, ਉਹ ਜਵਾਕਾਂ ਜੂਕਾਂ ਵਰਗਾ ਨੀ ਹੈ, ਜਵਾਕ ਜੂਕ ਵਾਲੀ ਗੱਲ ਨਾ ਕਰ, ਭਤੀਜਾ ਮੇਰਾ ਲੱਗਦਾ ਤੇਰਾ ਭਤੀਜਾ ਨੀ ਹੈ, ਡਾਕੂ ਆ ਉਹ ਤੇਰਾ ਭਤੀਜਾ, ਜਿਵੇਂ ਐਂ ਕਹਿੰਦਾ ਜਿਵੇਂ ਉਹ ਮੇਰਾ ਨੀ ਕੁਛ ਲੱਗਦਾ। ਨੰਦੋ ਨੇ ਫੇਰ ਵਲ ਕੀਤਾ ਤੇ ਉੱਥੋਂ ਚਾਹ ਦਾ ਉਹ ਡੋਲੂ ਲੈ ਕੇ ਮੁੜ ਗਿਆ। ਆਥਣੇ ਪੁੱਠਾ ਗੇਰ ਪਾ ਕੇ ਸ਼ਾਮੂ ਨਾਲ ਗੁੱਸੇ ਹੋ ਗਈ। ਜਦ ਉਹ ਬੁਲਾਵੇ ਗੁਲਾਬ ਕੁਰੇ ਛੰਨੇ ਚਾਹ ਦੁੱਧ ਪਾਈ, ਨੰਦੋ ਨੂੰ ਜਦ ਤਿਉਹ ਕਰਦਾ ਤਾਂ ਉਹ ਗੁਲਾਬ ਕੁਰ ਕਹਿੰਦਾ, ਕਿਉਂ ਮੂੰਹ ਸਜਾਈ ਫਿਰਦੀਆਂ? ਸ਼ਾਮੂ ਦੇ ਵਲ ਨਿਕਲ ਰਹੇ ਸੀ, ਦੇ ਦੇਣੀ ਕੁੜੀਏ ਦੁੱਧ ਦੀ ਕੁੱਟ। ਨੰਦੋ ਨੇ ਸ਼ਾਮੂ ਦੀ ਵੱਡੀ ਧੀ ਨੂੰ ਗੁੱਸੇ ਨਾਲ ਕਿਹਾ, ਚਾਰ ਜਵਾਕ ਸੀ, ਦੋ ਕੁੜੀਆਂ ਦੋ ਮੁੰਡੇ ਪਹਿਲੇ ਵਿਆਹ ਦੇ ਸ਼ਾਮੂ ਨੇ ਤੇ ਬੜਾ ਮੁੰਡਾ ਬਿਲਕੁਲ ਨੰਦੋ ਦੇ ਹਾਣ ਦਾ ਸੀ 25ਵਿਆਹ ਚ। ਰਾਤ ਨੂੰ ਨੰਦੋ ਸ਼ਾਮੂ ਕੋਲ ਮੰਜਾ ਡਾਉਣ ਦੀ ਬਜਾਏ ਟੱਬਰ ਚ ਖਾਲੀ ਮੰਜੇ ਤੇ ਪੈ ਗਈ। ਸਾਰੀ ਰਾਤ ਨੰਦੋ ਜਦ ਨੇੜੇ ਕੋਲ ਉਹਦੇ ਮੰਜੇ ਦੇ ਕੋਲ ਨਾ ਗਈ ਤਾਂ ਬਾਬਾ ਸ਼ਾਮੂ ਗਾਲਾਂ ਕੱਢੇ ਸਾਰੀ ਰਾਤ, ਕਿ ਸੂ ਫਿਰ ਜਾ
ਕੱਲ ਨੂੰ ਡਾਂਗ ਫੇਰੂ ਸਾਲੇ ਦੇ ਨਰੇ ਵੱਢੂ ਸਵੇਰੇ ਵਰਕੇ ਦਿਖਾਵੇ ਅੰਦਰ ਵੇ ਕੀ ਬੋਲੀ ਜਾਂਦਾ ਬੋਲਣਾ ਕੀ ਹੈ ਬੋਲਣਾ ਕੀ ਹੈ ਪਤਾ ਹੀ ਹੈ ਮੈਨੂੰ ਕੀ ਬੋਲਣਾ ਦੂਜੇ ਦਿਨ ਜਦ ਬਖਤੌਰਾ ਖੂਹ ਤੋਂ ਆਉਂਦਾ ਸ਼ਾਮੂ ਦੇ ਮੂਹਰੇ ਪਿਆ ਤਾਂ ਸ਼ਾਮੂ ਨੇ ਉਹਨੂੰ ਕਿਹਾ ਬਖਤੌਰ ਕੱਲ ਕੋਈ ਕੰਮ ਸੀ ਮੈਨੂੰ ਭਾਲਦਾ ਸੀ ਤੂੰ ਸ਼ਾਮੂ ਨੇ ਜਦ ਕਿਹਾ ਤਾਂ ਪੈਰੋਂ ਬਖਤੌਰਾ ਨਿਕਲ ਗਿਆ ਜਿਹੜਾ ਪਿੰਡ ਵੱਢਣ ਨੂੰ ਫਿਰਦਾ ਸੀ ਨਹੀਂ ਚਾਚਾ ਤੇ ਫੇਰ ਕੱਲ ਮੈਨੂੰ ਚਾਚੀ ਨੇ ਬੁਲਾਇਆ ਸੀ ਬਖਤੌਰ ਪੈਰੋਂ ਨਿਕਲ ਗਿਆ ਉਹ ਹਾਂ ਸੱਚ ਸੱਚ ਕੱਲ ਮੈਂ ਮਰਾਬਾਂ ਦੇ ਘਰੇ ਬੈਠਿਆ ਨੇ ਪੀ ਲਈ ਚਾਚਾ ਜਦ ਮੈਂ ਤੇਰੇ ਵੱਲ ਪਾਣੀ ਦੀ ਗੱਲ ਕਰਨਾ ਤਾਂ ਮੈਨੂੰ ਹਵਾ ਲੱਗ ਗਈ ਰਾਹ ਚ ਮੈਨੂੰ ਤਾਂ ਪਤਾ ਹੀ ਲੱਗਿਆ ਕੱਲ ਮੈਂ ਪੇਟੀਆਂ ਵਾਲੇ ਜਾ ਕੇ ਡਿੱਗ ਪਿਆ ਤੁਹਾਡੇ ਅਸੀਂ ਪਾਣੀ ਐਤਕੀ ਪਹਿਲਾਂ ਹੀ ਖਰੀਦ ਲਿਆ ਨਾਲੇ ਖਿਆਲ ਰੱਖਿਆ ਕਰ ਸ਼ੋਰ ਦਿਨੇ ਨੀ ਦਾਰੂ ਪੀ ਦੀ ਹੁੰਦੀ ਸ਼ਾਮੂ ਨੇ ਗੱਲ ਕਰਤੀ ਅਖੀਰ ਗੱਲਾਂ ਚੱਲਦੀਆਂ ਰਹੀਆਂ ਜਦ ਵੀ ਜਦ ਆ ਕੇ ਉਹ ਬਹਿੰਦਾ ਤਾਂ ਨੰਦੋ ਕਹਿੰਦੀ ਮੈਨੂੰ ਤੇਰੀ ਸ਼ਰਾਬ ਮਾੜੀ ਲੱਗਦੀ ਆ ਸ਼ਰਾਬ ਨਾ ਪੀਆ ਕਰ ਮੈਨੂੰ ਭੈੜੀ ਲੱਗਦੀ ਆ ਹੀਰੇ ਨਿੱਤ ਨਿੱਤ ਨੀ ਜਗਤ ਤੇ ਆਉਣਾ ਬਖਤੌਰ ਹਥੇਲੀ ਤੇ ਰੱਖ ਕੇ ਫੂਕ ਮਾਰ ਕੇ ਉਡਾ ਰਿਹਾ ਸੀ ਨਿੱਤ ਨਿੱਤ ਨੀ ਬਾਜ਼ਾਰ ਹੀ ਆਉਣਾ ਬਖਤੌਰ ਗੱਜਿਆ ਨੰਦੋ ਦੇ ਨਾਲ ਬੈਠਾ ਗੱਲ ਲੋਕ ਸੁਣ ਲੈਣਗੇ ਕਿਉਂ ਲੱਗਿਆ ਹੋਇਆ ਲੋਕਾਂ ਲਾਕਾਂ ਦਾ ਕੋਈ ਪਰਵਾਹ ਨੀ ਹੱਥ ਨੇ ਸ਼ਾਮੂ ਆ ਕੇ ਗੁਲਾਬ ਕੌਰ ਕਹਿੰਦਾ ਨੰਦੋ ਭੱਜ ਕੇ ਪੈਂਦੀ ਕੋਈ ਵੀ ਗੱਲ ਕਰਦੀ ਤਾਂ ਉਹ ਬੋਲਣਾ ਦਿੰਦਾ ਇੱਕ ਦਿਨ ਅੰਦਰ ਪਏ ਅੱਥਣ ਪੈ ਗਿਆ ਬਖਤੌਰਾ ਉੱਠਿਆ ਨਾ ਸ਼ਾਮੂ ਨੇ ਅੰਦਰ ਬੜੇ ਬੈਠਿਆ ਦੇਖਿਆ ਤਾਂ ਬਖਤੌਰਾ ਅੰਦਰ ਸੁੱਤਾ ਪਿਆ ਬਖਤੌਰੇ ਪਏ ਨੂੰ ਦੇਖ ਕੇ ਇੱਕ ਵਾਰ ਡਾਂਗ ਨੂੰ ਜਦ ਖੂੰਡੇ ਨੂੰ ਹੱਥ ਸ਼ਾਮੂ ਪਾਉਣ ਲੱਗਿਆ ਨੰਦੋ ਮੂਹਰੇ ਹੋ ਗਈ ਫੇਰ ਉਹੀ ਗੱਲ ਕਰਦਾ ਕਮਲਾ ਹੋ ਗਿਆ ਤੂੰ ਤੈਨੂੰ 20 ਵਾਰ ਕਿਹਾ ਕਿ ਟੱਬਰ ਦਾ ਜੀ ਆ ਇੰਨੇ ਚਿਰ ਬਾਹਰ ਰਿਹਾ ਮੈਂ ਕੱਲ੍ਹ ਵੀ ਕਿਹਾ ਉਹਨੂੰ ਕਹਿੰਦਾ ਚਾਚੀ ਮੈਨੂੰ ਫਰਕ ਨੀ ਤੁਹਾਡੇ ਤੇ ਸਾਡੇ ਘਰ ਦਾ ਮੈਂ ਤਾਂ ਪਰਦੇਸੀ ਆ ਮੈਂ ਤਾਂ ਫੌਜ 'ਚ ਰਿਹਾ ਮਸਾਂ ਮੈਂ ਘਰ ਆਇਆ ਮੈਨੂੰ ਕੀ ਫਰਕ ਹੈ ਮੈਂ 20 ਵਾਰ ਕਿਹਾ ਵੀ ਭਾਈ ਦਿਨੇ ਨੀ ਦਾਰੂ ਪੀ ਦੀ ਹੁੰਦੀ ਸੁਣਦਾ ਨੀ ਚੱਲ ਫਿਰ ਕੱਲ ਨੂੰ ਗੱਲਾਂ ਕਰਦੇ ਸ਼ਾਮੂ ਨੇ ਫੇਰ ਆਪਣੇ ਆਪ ਨੂੰ ਮੜ ਨੰਦੋ ਨੂੰ ਸ਼ੱਕ ਸੀ ਕਿ ਸ਼ਾਮੂ ਨੇ ਗੇੜਾ ਕੱਢ ਲਿਆ ਹੁਣ ਉਹਨੇ ਆਉਣਾ ਨੀ ਦੁਬਾਰਾ ਫੇਰ ਸ਼ਾਮੂ ਨੇ ਅੱਖਾਂ ਭਰ ਕੇ ਲਾਟ ਵਾਂਗੂ ਨੰਦੋ ਵੱਲ ਦੇਖਿਆ ਉਹਨੂੰ ਪਤਾ ਸੀ ਇਹ ਗੜਬੜ ਹੈ ਪਰ ਉਧਰੋਂ ਸ਼ਾਮੂ ਜਦ ਗਰਮ ਕਰਦਾ ਨੰਦੋ ਮੁੜ ਮੁੜ ਕੇ ਗੱਲ ਕਰਦੀ ਕਹਿੰਦੀ ਤੂੰ ਇੱਥੋਂ ਤਿੱਬ ਜਾ ਹਲੇ ਜ਼ਿੰਦਗੀ ਦੇ ਮਹੀਨੇ ਇੱਕ ਨਿੰਘੇ ਆ ਮੇਰਾ ਕੁਛ ਨੀ ਜੁੜਿਆ ਆਪਾਂ ਕਿਤੇ ਹੀਲਾ ਕਰ ਲਈਏ ਤੇਰੀ ਪੈਨਸ਼ਨ ਆਉਂਦੀ ਹੈ ਤੇ ਆਪਣਾ ਸਰਜੂ ਉਹ ਨਾ ਜਾਣਾ ਨੀ ਕਿਤੇ ਇੱਥੇ ਹੀ ਰਹਿਣਾ ਬਖਤੌਰੇ ਨੂੰ ਜ਼ੋਰ ਸੀ ਇੱਕ ਦਿਨ ਖੇਤਾਂ ਤੋਂ ਆਉਂਦੇ ਸ਼ਾਮੂ ਮੂਹਰੇ ਟੱਪ ਗਿਆ ਤੂੰ ਜੱਟਾ ਖੇਤ ਜੇ ਡੰਡੀ ਪਾ ਲਈ ਮੈਂ ਤੇਰੇ ਮੂੰਹ ਵੱਲ ਦੇਖਦਾ ਹੁਣ ਹੜਦਾ ਹੁਣ ਹੜਦਾ ਨਾਸਾਂ ਭਨਾ ਕੇ ਸਾਹ ਲਵੇਗਾ ਤੇਰੀ ਲਾਸ਼ ਜਾਊਗੀ ਤੂੰ ਸਾਰਾ ਬਾਹਣੇ ਯਾਰ ਨੂੰ ਫਿਰਦਾ ਏ ਤੈਨੂੰ ਪਤਾ ਨੀ ਮੇਰੇ ਤੱਥ ਦਾ ਬਖਤੌਰ ਸ਼ਾਮੂ ਦੇ ਖਾਲੀ ਵਾਹਣ ਚੋਂ ਤੁਰਿਆ ਆਉਂਦਾ ਸੀ ਤੇ ਬਖਤੌਰ ਨੂੰ ਸਿੱਧੀ ਗੱਲ ਸਮਝਾ ਰਿਹਾ ਸੀ ਵੀ ਕਿਹੜੀ ਫਸਲ ਵਾਹੁਣ ਦੀ ਗੱਲ ਕੀਤੀ ਇੰਨੀ ਗੱਲ ਮੂਹਰੇ ਹੋ ਕੇ ਸ਼ਾਮੂ ਨੇ ਜਾਤੂ ਜਿਹੜਾ ਘੁਮਾ ਕੇ ਬਖਤੌਰੇ ਦੀਆਂ ਲੱਤਾਂ 'ਚ ਮਾਰਿਆ ਬਖਤੌਰਾ ਬਾਹਣ 'ਚ ਚਿੱਤ ਮੂਧੇ ਪਏ ਦੇ ਇੱਕ ਜਾਤੂ ਹੋਰ ਸਿਰ 'ਚ ਮਾਰਿਆ ਪਰ ਬਖਤੌਰ ਨੇ ਮਿਹਨਤ ਨਾ ਕੀਤੀ ਆ ਸ਼ਾਮੂ ਖੇਤਾਂ ਨੂੰ ਟਿੱਬ ਗਿਆ ਮੇਰੇ ਪਿਓ ਦਿਆ ਸਾਲਿਆ ਤੂੰ ਝੜਕੇ ਤੂੰ ਸੱਟਾਂ ਵਾਲਿਆ ਤੂੰ ਵਸਣਾ ਕਿ ਨਹੀਂ ਸ਼ਰੀਕੇ 'ਚ ਬੈਰ ਪਾ ਕੇ ਇਉਂ ਕਿਉਂ ਜੀ ਲੇਗਾ ਨੰਦੋ ਛੀਣੀ ਵਾਂਗੂ ਸ਼ਾਮੂ ਨੂੰ ਪੈ ਗਈ ਸ਼ਾਮੂ ਨੰਬਰ ਗਿਆ ਨਿਕਲ ਘਰੋ ਜੇ ਅਸਲ ਦਾ ਹੈ ਤਾਂ ਨੰਦੋ ਨੇ ਬਾਹਰ ਨੂੰ ਹੁਕਮ ਕੀਤਾ ਸ਼ਾਮੂ ਨੇ ਮੀਂਹ ਪਾਈ ਖੜਾ ਉਮਰ ਦਾ ਜਿਹੜਾ ਫਰਕ ਤੇ ਚੜ੍ਹਦੀ ਵਰੇਸ 'ਚ ਦਿੱਤਾ 2000 ਰੁਪਈਆ ਬਦਮਾਸ਼ੀ ਉੱਪਰ ਦੀ ਕਰਦੀ ਜਨਾਨੀ ਦੇ ਮੂਹਰੇ ਸ਼ਾਮੂ ਅੱਖ ਹੱਥ ਜੋੜੀ ਬਾਪੂ ਤੂੰ ਬਾਈ ਦੇ ਕਿਉਂ ਸੱਟਾਂ ਮਾਰੀਆਂ ਸ਼ਾਮੂ ਦਾ ਵੱਡਾ ਮੁੰਡਾ ਉਦੋਂ ਤਿੱਖਾ ਸੀ ਪਰ ਤੈਨੂੰ ਨੀ ਉਹ ਪਤਾ ਨੀ ਮੈਨੂੰ ਉਹਦੀਆਂ ਲੱਤਾਂ ਭੰਨ ਛੱਡੀਆਂ ਮੁੰਡੇ ਨੇ ਮੁੰਡੇ ਨੂੰ ਕੀ ਪਤਾ ਸੀ ਵਿਚਲਾ ਰੌਲਾ ਕੀ ਹੈ
ਹੁਣ ਆਉਣ ਜੇ ਕੁੱਟਣ ਫਿਰ ਸੁਰਤਾ ਜੂ ਟਿਕਾਣੇ, ਤੈਨੂੰ ਪਤਾ ਫੌਜੀ ਆ ਉਹ, ਉਹਨੇ ਬੱਕਰੇ ਖਾਧੇ, ਜਾਣਦਾ ਮੈਂ ਬੱਕਰੇ ਨੂੰ, ਇਹਨੂੰ ਚਾਰ ਦਿਨ ਰੋਟੀ ਹੁਣ ਮੈਂ ਵੀ ਨੀ ਦਿੰਦੀ, ਬਗਤੌਰ ਵਾਸਤੇ ਦੁੱਧ ਘਿਓ ਦਾ ਛੰਨਾ ਮੁੰਡੇ ਨੂੰ ਫੜਾਉਂਦੇ, ਨੰਦੋ ਨੇ ਕਿਹਾ। ਉਹਦਾ ਗੁੱਸਾ ਠੰਡਾ ਨਹੀਂ, ਸ਼ਾਮੂ ਨੀ ਵੀ ਪਾਈ ਖੜਾ, ਨਾ ਹੇਠਲੀ ਦਿੰਦੀ ਨਾ ਉਤਲੀ ਦਿੰਦੀ, ਮੂੰਹ ਤੇ ਬੱਗੀ ਦਾੜੀ ਆ, ਤੂੰ ਮੁੰਡੇ ਨੂੰ ਤੈ ਤੈ ਘੁੱਟਦਾ, ਜੇ ਅਗਲਾ ਥਾਣੇ ਚੱਲਦਾ ਤੇਰੀ ਨਿੱਕੀ ਟੱਬਰੀ ਨਾ ਰੁੜ ਜਾਂਦੀ, ਚਾਰ ਜਵਾਕਾਂ ਦਾ ਪਿਓ ਹੈ ਤੂੰ, ਜਵਾਨ ਧੀਆਂ ਵਿਆਹਣ ਵਾਲੀਆਂ ਬੈਠੀਆਂ। ਨੰਦੋ ਰਾਤ ਤੱਕ ਬੋਲ ਜਿਉਣਾ ਡਾਕੂ ਤੀਜੇ ਚੌਥੇ ਡਾਕਾ ਸੁੱਟ ਕੇ ਜਾਂਦਾ, ਧਾਈ ਨਾਲ ਧਾਈ ਜੋੜਦਾ, ਸ਼ਾਮੂ ਕੰਨਾਂ 'ਚ ਉਂਗਲਾਂ ਦੇ ਕੇ ਪਾਗਲ ਵਾਂਗੂ ਰੋਈਆਂ ਨੂੰ ਚੜ੍ਹਦਾ। ਜੱਗਾ ਡਾਕੂ ਆ ਕੇ ਕਹਿੰਦਾ, ਮਰਦਾ ਜਮਈ, ਤੂੰ ਪਿੱਠ ਕਰਦਾ ਬਖਤੌਰਾ, ਘਰੇ ਆ ਵੜਦਾ, ਘੇਰੀ ਦਾ ਨੀ। ਹੁਣ ਸ਼ਾਮੂ ਦੀ ਪੁਰਾਣੀ ਹਾਰ ਗਈ, ਗੋਡਿਆਂ ਦੇ ਦਰਦ ਨਾਲ ਲੰਗ ਮਾਰ ਕੇ ਤੁਰਨ ਲੱਗਿਆ, ਬੁਢਾਪਾ ਚੜ੍ਹ ਗਿਆ ਸਿਰ ਤੇ, ਵੱਟਣੇ ਚੜ੍ਹਦੇ ਪਰ ਦਿਨਾਂ 'ਚ ਸ਼ਾਮੂ ਹਾਰ ਗਿਆ। ਖੇਤ ਜਾਣ ਦੀ ਬਜਾਏ ਘਰ ਦੇ ਆਲੇ ਦੁਆਲੇ ਗੇੜੇ ਕੱਢਦਾ ਰਹਿੰਦਾ, ਸ਼ਾਮੂ ਦਾ ਫੈਸਲਾ ਪੱਕਾ ਦੇਖਦਾ, ਤੂੰ ਇੱਥੇ ਪਸ਼ੂਆਂ ਦੀ ਖੁਰਲੀਆਂ 'ਚ ਹੱਥ ਮਾਰ ਦੇਣਾ, ਖੇਤ ਜਾਂਦਾ ਨਾ ਹੀ ਜਿਹਨੇ ਤੂੰ ਚੱਜ ਕੀ ਫੜਿਆ। ਨੰਦੋ ਅੱਕੀ ਹੋਈ ਸੀ, ਸਿੱਧਾ ਹੋ ਕੇ ਕੰਮ ਤੇ ਜਾਇਆ ਕਰ ਕਬੀਲਦਾਰੀ, ਗੱਲ ਗੱਲ ਆਈ ਹੈ, ਗੱਲ ਮੰਨਦਾ ਨਾ। ਸ਼ਾਮੂ ਦੀ ਜੀਭ ਠੱਕ ਜਾਂਦੀ, ਬੋਲਦਾ ਨਾ, ਇਉਂ ਲੱਗਦਾ ਜਿਵੇਂ ਮੁਸ਼ਕਲ 'ਚ। ਬਾਪੂ ਦੱਸਦਾ ਹੁਣ ਇੰਨਾ ਵੀ ਸੁੱਖ ਨਹੀਂ ਕਿ ਰੋਟੀ ਖੇਤ ਦੇ ਦੇਵੇ, ਰੋਟੀ ਖੇਤ ਫੜਾਉਂਦਾ, ਘਰ ਨੂੰ ਤੀਰ ਦੇ ਲੂ, ਘਰੇ ਜਿਵੇਂ ਆਂਡੇ ਦਿੱਤੇ ਹੁੰਦੇ ਆ ਬੜੇ ਮੁੰਡੇ ਨੂੰ, ਵਿਚਲੀ ਰਾਲਦਾ ਨਹੀਂ ਸੀ ਪਤਾ। ਐਂ ਤਾਂ ਫਿਰ ਸਰਨਾ ਨੀ, ਮੁੰਡੇ ਕੁੜੀਆਂ ਨੇ ਕੱਲ ਨੂੰ ਕਾਰਜ ਵੀ ਕਰਨੇ ਐ। ਨੰਦੋ ਚਾਹੁੰਦੀ ਜਿਹੜਾ ਜੀ ਕਹਿੰਦਾ ਉਹ ਚਾਰੀ ਚੱਕ ਕੇ ਪੈਂਦੇ, ਇੰਨਾ ਕਹਿੰਦਾ ਸ਼ਾਮੂ ਚੜ ਕੇ ਬੋਲਿਆ, ਗੁੱਸੇ ਨਾਲ ਵੱਟ ਖਾ ਕੇ ਬਾਹਰ ਨੂੰ ਤੁਰ ਗਿਆ। ਗੁੱਸਾ ਉਹਦੀ ਛਾਤੀ 'ਚ ਮੋਗੇ ਦੇ ਘਾਂਗੂ ਅੜਿਆ ਖੜਾ ਸੀ। ਰਾਤ ਮੁੰਡਾ ਸ਼ਰਾਬ ਪੀ ਕੇ ਆ ਗਿਆ ਤੇ ਗੱਲ ਉਹਨੂੰ ਪਤਾ ਲੱਗੀ, ਪੀ ਕੇ ਕਿਹਦੇ ਆਇਆ, ਬਖਤੌਰੇ ਨਾਲ ਪੀ ਕੇ। ਨੰਦੋ ਵੇਰ ਕੇ ਕੋਠੇ ਤੇ ਪੈਂਦੀ, ਸ਼ਾਮ ਨੂੰ ਪਸ਼ੂਆਂ ਦੀ ਰਾਖੀ ਦਰਵਾਜ਼ੇ ਕੋਲ ਸੌਣ ਦਾ ਹੁਕਮ, ਪਸ਼ੂ ਰਾਤ ਨੂੰ ਰੱਸਿਆਂ ਤਰਾਣੇ। ਏਦੂ ਤਾਂ ਮਰ ਜਾ ਕੰਜਰਾ, ਡਾਕੂ ਨੇ ਸ਼ਾਮੂ ਦੇ ਮੂੰਹ ਤੇ ਮਾਰੀ। ਜੱਟ ਰੋਜ਼ ਪਿਛਲੇ ਪਾਸਿਓ ਕੋਠੇ ਤੇ ਜਾ ਕੇ ਪੌੜੀ ਲਾਉਂਦਾ, ਡਾਕੂ ਨੇ ਕਿਹਾ। ਚੱਲ ਮੇਰਾ ਅੱਜ ਚੱਕੀ ਏ ਤੇਲ ਚੋ ਕੌਡੀ, ਸਾਲੇ ਜੱਟ ਦੀ ਮੇਥੋਂ ਇਹ ਕੰਮ ਨਹੀਂ ਜਰਿਆ ਜਾਂਦਾ। ਜੱਗਾ ਡਾਕੂ ਸ਼ਾਮੂ ਦਾ ਯਾਰ ਸੀ। ਡਾਕੂ ਤੇ ਸ਼ਾਮੂ ਘਰ ਦੇ ਪਿਛਲੇ ਪਾਸੇ ਗੰਡਾਸੇ ਲੈ ਕੇ ਬਹਿ ਗਏ। ਅੱਧੀ ਰਾਤ ਨੂੰ ਪਹਿਲਾਂ ਬਖਤੌਰ ਹੱਥ 'ਚ ਪੌੜੀ ਚੱਕੀ ਆਵੇ, ਉੱਪਰ ਨੰਦੋ ਝਾਕ ਦੇ, ਬਖਤੌਰ ਨੇ ਪਹਿਲੇ ਡੰਡ ਤੇ ਪੈਰ ਧੱਕਿਆ, ਡਾਕੂ ਤੇ ਸ਼ਾਮੂ ਨੇ ਜੋੜ ਕੇ ਗੰਡਾਸੇ ਸਿੱਧੇ ਪੈਰਾਂ ਤੇ ਬਖਤੌਰੇ ਦੇ ਮਾਰੇ। ਬਖਤੌਰਾ ਧਰਤੀ ਤੇ ਡਿੱਗ ਪਿਆ, ਉੱਪਰ ਪੌੜੀ ਡਿੱਗ ਪਈ, ਗੰਡਾਸੇ ਖੁਰਵਟ ਕਰਦੇ ਰਹੇ, ਸਿੱਧੇ ਗੰਡਾਸੇ ਮਾਰੇ ਦੋਨਾਂ ਦੇ ਪੌੜੀ ਤੇ ਲੱਗਦੇ ਰਹੇ। ਬਖਤੌਰ ਥੱਲੇ ਪਿਆ, ਠੀਕ ਆ ਮੈਂ ਠੀਕ ਆ, ਡਵੀ ਨਾ ਸੱਟ ਨੀ ਕੋਈ ਬਾਹਲੀ ਹੈ, ਬਖਤੌਰ ਨੇ ਪੱਗ ਸੰਭਾਲਦੇ ਕੰਬਦੀ ਆਵਾਜ਼ ਕਿਹਾ। ਉੱਪਰੋਂ ਨੰਦੋ ਪਾਗਲ ਹੋ ਗਈ, ਰੌਲਾ ਪਾਉਣ ਲੱਗ ਗਈ, ਬੇ ਲੋਕੋ ਪੱਟੇ ਗਏ, ਵੱਢ ਲੈ ਟੁੱਕ ਲੈ। ਫਿਰ ਉਹਨੂੰ ਲੱਗਿਆ ਕੀ ਕਹੂਗੀ ਲੋਕਾਂ ਨੂੰ, ਬਖਤੌਰਾ ਇੱਕ ਮਹੀਨਾ ਅਲੋਪ ਰਿਹਾ। ਉਧਰੋਂ ਨੰਦੋ ਪੇਕੀ ਜਾ ਵੜੀ, ਸ਼ਾਮੂ ਦੀ ਕਬੀਲਦਾਰੀ ਖੜ ਗਈ, ਸ਼ਾਮੂ ਨੇ ਚਾਰ ਗੇੜੇ ਮਾਰੇ ਤਾਂ ਨੰਦੋ ਨਾ ਆਈ। ਜੇ ਮਹੀਨੇ ਬਾਅਦ ਬਖਤੌਰਾ ਘਰੇ ਆ ਕੇ ਵੜ ਕੇ ਬੜੇ ਮੁੰਡੇ ਨੂੰ ਕਹਿੰਦਾ, ਤੇਰੀ ਮਾਛੀ ਕਿੱਥੇ ਹੈ? ਬਖਤੌਰ ਨੇ ਗੱਲਾਂ ਗੱਲਾਂ ਕਰਦੇ ਪਿੱਛੇ, ਭੈੜਿਆ ਬਿਜੂ ਜੇ ਬੁੜੇ ਨੇ ਪੁੱਠਾ ਕੰਮ ਕਰਦਾ, ਇਹ ਜਾਤਰੂ ਖਾਊ, ਉਹਦੇ ਨਾਲ ਸਾਰਾ ਦਿਨ ਕੁੱਤੇ ਖਾਣੀ ਕਰਦਾ, ਅੱਖ ਕੇ ਤੁਰ ਗਈ ਅਗਲੀ ਘਰ, ਮੂਧਾ ਵੱਜਿਆ ਪਿਆ, ਨਾ ਰੋਟੀ ਨਾ ਪਾਣੀ ਨਾ ਚੁੱਲ੍ਹੇ 'ਚ ਅੱਗ, ਆ ਬੈਠਾ ਮੂਹਰੇ। ਨਾ ਮੁੰਡੇ ਨੂੰ ਪਤਾ ਨਹੀਂ ਸੀ ਗੱਲ ਕਿੱਥੇ ਖੜੀ। ਫਿਰ ਹੁਣ ਬਖਤੌਰ ਦਾ ਵੀ ਬੂਹਾ ਬੰਦ ਹੋ ਗਿਆ, ਉਹ ਵੀ ਚਿੰਤਾ ਸੀ। ਤੀਜੀ ਵਾਰ ਸ਼ਾਮੂ ਮੁੜਿਆ, ਆਪਾਂ ਚੱਲੀਏ ਦੋਨੇ ਲੈਣ, ਬਖਤੌਰ ਤੇ ਸ਼ਾਮੂ ਦਾ ਬੜਾ ਮੁੰਡਾ ਪੇਕੇ ਚਲੇ ਗਏ। ਦੂਜੇ ਦਿਨ ਨਾਲੇ ਨੰਦੋ ਆ ਗਈ, ਮੁੰਡੇ ਨੇ ਭੜਕ ਕੰਨ ਖੋਲ ਲਵੇ, ਗੱਲ ਕੀ ਹੈ? ਸ਼ਾਮੂ ਵਿਹੜੇ 'ਚ ਘੜਾ ਘੁੱਟਾ ਬਾਂਕੀ ਝਾਕਦਾ, ਮੁੰਡਾ ਤੇ ਬਖਤੌਰ ਸ਼ਰਿਆਂ ਪੀਣ ਲੱਗੇ। ਸਾਲੇ ਮਾਸੀ ਲਿਆਇਆ ਕਿ ਬਹੂ, ਸ਼ਾਮੂ ਨੇ ਮਨ 'ਚ ਕਿਹਾ। ਸ਼ਾਮੂ ਲਗਾਤਾਰ ਕਿੰਨੇ ਦਿਨ ਨੰਦੋ ਤੋਂ ਮਾਫ਼ੀ ਮੰਗੀ ਗਿਆ ਵੀ ਰੋਟੀ ਪੱਕਦੀ ਹੋ ਜਾਵੇ, ਗੁਲਾਬ ਕੁਰੇ ਪਾਣੀ ਲਿਆਈ, ਪਾਣੀ ਕਿੱਥੇ ਲਿਆਉਂਦੀ ਗੁਲਾਬ ਕੁਰੇ? ਦਾਤਰੀਆਂ ਦੇ ਦੰਦੇ ਕੱਢੇ, ਦੰਦ ਮਖਾਣਿਆਂ ਨੂੰ ਚਮਕਦੇ ਗੁਲਾਬੀ ਦੁਪੱਟੇ, ਆਲੇ ਦੁਆਲੇ ਮੂੰਹ ਤੇ ਇਉਂ ਲੱਗਦੇ ਜਿਵੇਂ ਅਨਾਰਾਂ ਤੇ
ਜਿਹੜੀ ਚੁੰਨੀ ਦਿੱਤੀ ਹੋਵੇ। ਨੰਦੋ ਨੂੰ ਪਾਣੀ ਤਾਂ ਦੇਣਾ ਪਿਆ, ਸ਼ਾਮੂ ਨੇ ਕੋਸ਼ਿਸ਼ ਕੀਤੀ ਵੀ ਕੋਲ ਤਾਂ ਬਹਿ ਜਾ। ਬੰਦੇ ਨੂੰ ਦਰੇਗ ਹੋ ਗਿਆ ਵੀ 2000 ਵੀ ਜੱਟਾ ਦਿੱਤਾ ਤਾਂ ਪਾਣੀ ਦਾ ਵੀ ਭਾਰ। ਜਦ ਉਹ ਨੇੜੇ ਜਾਂਦਾ ਉਹ ਕਹਿੰਦੀ ਕਿਵੇਂ ਮੁਸ਼ਕਣੇ ਤੋਂ ਮੁਸ਼ਕ ਆਉਂਦਾ, ਬੋ ਕਰਗਾ ਮੁਸ਼ਕ ਆਉਂਦਾ, ਨਹਾਉਂਦਾ ਨੀ ਧੋਂਦਾ ਨੀ, ਟਹਿ ਜਾਣਾ ਕੁੱਤਾ, 3-4 ਵਾਰ ਉਹ ਕਹਿੰਦੀ। ਸ਼ਾਮੂ ਤੇ ਜਿਹੜਾ ਦਾਬਾ ਨੰਦੋ ਦਾ ਪੈ ਗਿਆ, ਬਖਤੌਰ ਮੁੱਛ ਨੂੰ ਵੱਟ ਦੇ ਕੇ ਜਿੱਧਰ ਨੂੰ ਆਉਂਦਾ ਤਾਂ ਤਰਿਆ ਜਾਂਦਾ। ਆਥਣੇ ਅੱਜ ਬੈਠੇ ਜਦ ਅੰਦਰ ਨੂੰ ਵੜਦਾ ਤਾਂ ਬਖਤੌਰ ਮੁੱਛ ਨੂੰ ਵੱਟ ਦੇ ਕੇ ਜਦ ਘਰ ਮੜਾ, ਤੂੰ ਕਿੱਧਰ ਨੂੰ ਬੁਖਾਰ ਚੁੱਕਿਆ ਜੱਟਾ, ਤੂੰ ਹੜਦਾ ਕੱਢਾ ਜਾਂ ਕਢਾ ਕੇ ਜਾਵੇਂਗਾ। ਬਖਤੌਰਾ ਮੁੱਛ ਨੂੰ ਖੜ ਕੇ ਖੜਾ ਸੀ, ਸ਼ਾਮੂ ਸੋਟੀ ਨੂੰ ਭੱਜਿਆ, ਨੰਦੋ ਨੇ ਹੱਥਾਂ ਪੈਰਾਂ ਦੀ ਪੈ ਗਈ ਵੀ ਸਿਆਪਾ ਪੈ ਗਿਆ। ਨੰਦੋ ਨੂੰ ਸ਼ੱਕ ਸੀ ਕਿ ਸ਼ਾਮੂ ਨੇ ਬਖਤੌਰ ਫੇਰ ਢਾ ਲੈਣਾ। ਨੰਦੋ ਨੇ ਇੱਕ ਦਿਨ ਬਖਤੌਰ ਨੂੰ ਸ਼ਾਮੂ ਤੋਂ ਬਦਲਾ ਲੈਣ ਵਾਸਤੇ ਵੀ ਕਿਹਾ ਸੀ, ਬਖਤੌਰ ਸਹਿਮਤ ਨਾ ਹੋਇਆ। ਨੰਦੋ ਦੀਆਂ ਚੀਕਾਂ ਨਿਕਲੀਆਂ, ਸ਼ਾਮੂ ਨੇ ਤੂੜੀ ਵਾਲਿਓ ਗਜ ਲੰਮੇ ਸੇਲੇ ਵਾਲੀ ਡਾਂਗ ਗੋਲੀ ਵਾਂਗੂ ਦਗੜ ਦਗੜ ਕਰਦਾ ਸਿੱਧਾ ਬਖਤੌਰ ਤੇ ਆਇਆ। ਸੇਲਾ ਸਿੱਧਾ ਵਾਹਿਆ ਬਖਤੌਰ ਸ਼ਿਕਾਰੀ ਕੁੱਤੇ ਨੂੰ ਟਪੂਸੀ ਮਾਰ ਕੇ ਚਲੇ ਗਿਆ। ਸੇਲਾ ਕੱਚੀ ਕੰਧ 'ਚ ਧੱਸੇਗਾ, ਸ਼ਾਮੂ ਸਾਰੇ ਜ਼ੋਰ ਨਾਲ ਸੇਲਾ ਪੱਟ ਕੇ ਹੱਟ ਲਗਾ। ਬਖਤੌਰ ਨੇ ਬੱਪੜੇ ਕਰਕੇ ਗੋਹੇ ਵਾਲਾ ਫੌੜਾ ਸਿੱਧਾ ਸ਼ਾਮੂ ਦੇ ਸਿਰ 'ਚ ਮਾਰਿਆ ਤੇ ਟੋਟਣ 'ਚ ਜੜਿਆ ਚੱਪਾ ਚੌੜਾ ਤੇ ਡੂੰਘਾ ਡੂੰਘਾ ਬਹੁਤ ਮੋਗਾ ਖੁੱਲ ਗਿਆ। ਬਾਪੂ ਦੇ ਮੂੰਹੋਂ ਸੱਚੀ ਸੁਣ ਕੇ ਮੁੰਡੇ ਨੇ ਕੰਨ ਸਿਰ ਤੇ, ਬਾਪੂ ਦਾ ਸਿਰ ਬੰਨਿਆ ਹੋਇਆ, ਮੁੰਡਾ ਵੀ ਕੈੜਾ ਹੋ ਗਿਆ। ਅੱਛਾ ਫੇ ਉਹ ਨੀ ਗੱਲ ਚੱਲਣੀ। ਮੁੰਡਾ ਉੱਠਿਆ ਪ੍ਰੈਣੀ ਲੈ ਕੇ ਸਿੱਧਾ, ਪਹਿਲਾਂ ਤਾਂ ਮਾਸੀ ਦੇ 3 ਸਿੱਟੀਆਂ 4, ਬੇ ਪਿੰਡਾ ਟੁੱਟੀ ਗਈ, ਕਹਿੰਦੀ ਲੁੱਟਦਾ ਕਿੱਥੇ ਆ, ਤੈਨੂੰ ਮੈਂ ਸਿੱਧੀ ਕਰੂੰ ਹੁਣ, ਘਬਰਾ ਨਾ। ਬੜਾ ਮੁੰਡਾ ਮਾਸੀ ਦੇ ਆਲੇ ਦੁਆਲੇ ਫਿਰਦਾ, ਤੈਨੂੰ ਮਾਰ ਦੂ ਉਹ। ਅੱਛਾ ਮਾਰ ਮਾਰ ਕੇ ਧੂੰ ਕਰ ਦੇਣਗੇ, ਧੂੰ ਪਿਓ ਪੁੱਤ ਅਸੀਂ ਦੋਨੇ ਹੀ। ਸ਼ਾਮੂ ਨੇ ਬਾਂਹ ਤੋਂ ਫੜ ਕੇ ਮੁੰਡਾ ਪਿੱਛੇ ਕੀਤਾ ਤੇ ਫੜ ਕੇ ਨੰਦੋ ਨੂੰ ਅੰਦਰ ਕਮਰਿਆਂ ਚ ਬੰਦ ਕਰਤਾ। ਬਖਤੌਰ ਦੇ ਸੀਨੇ ਚ ਕਸ ਕੁੱਟੀ, ਲੇਰਾਂ ਪੈਣ, ਬੈਠਕ ਚੋਂ ਖੂੰਡਾ ਲੈ ਕੇ ਭੱਜਿਆ, ਵਿਹੜੇ ਦੇ ਵਿੱਚ ਦੋਨਾਂ ਦਾ ਫੇਰ ਟਾਕਰਾ। ਇੱਕ ਦੂਜੇ ਦੀਆਂ ਸੋਟੀਆਂ ਸਿੱਧੀਆਂ ਖੜਕਣ, ਗਿੜਿਆ ਗਿੜਦਾ ਪਵੇ, ਦੂਜੀ ਵਾਰ ਸੋਟੀਆਂ ਚੱਕੀਆਂ ਦੋਨੇ ਫਟੜ, ਬਾਹਰੋਂ ਮੁੰਡੇ ਨੇ ਆ ਕੇ ਪਿੱਛੋਂ ਬਖਤੌਰ ਦੇ ਸਿਰ 'ਚ ਡਾਂਗ ਮਾਰੀ, ਮੁੰਡੇ ਦੇ ਸਿਰ 'ਚ ਨੰਦੋ ਨੇ ਸੜੰਗ ਮਾਰੀ, ਮੁੰਡਾ ਚੀਕ ਮਾਰ ਕੇ ਡਿੱਗਿਆ ਲੋਕਾਂ ਦੇ ਪੁੱਛਣ ਤੋਂ ਪਹਿਲਾਂ, ਮੇਲਾ ਫੇਰ ਵਿਛੜ ਗਿਆ, ਪਿੰਡ ਨੂੰ ਪਤਾ ਨਾ ਲੱਗੇ ਰੌਲਾ ਕੀ ਹੈ ਇਹਦਾ। ਪਿਓ ਪੁੱਤ ਨੇ ਰਲ ਕੇ ਨੰਦੋ ਫੇਰ ਕੁੱਟੀ, ਨੰਦੋ ਬੱਕਰੇ ਵਾਂਗੂ ਮਿਆਂ ਕੇ, ਬਖਤੌਰਾ ਭੱਜਿਆ, ਦਰਵਾਜ਼ਾ ਬਾਹਰਲਾ ਬੰਦ ਸੀ, ਬਖਤੌਰਾ ਘਰ ਵਾਲੇ ਉਹ ਭੱਜਿਆ ਭੱਜਿਆ ਫਿਰੇ ਜਿਵੇਂ ਕੁੱਤਾ ਹਲਕ ਗਿਆ ਹੁੰਦਾ। ਨੰਦੋ ਪੈ ਗਈ, ਦੰਦਲ ਮੂੰਹ 'ਚ ਪਹਿਲਾਂ ਪਾਣੀ ਪਾ। ਮੁੰਡਾ ਕਹਿੰਦਾ ਨਾਲੇ ਵੱਢਦਾ ਨਾਲੇ ਦੰਦਲਾਂ ਹਟਾਉਣਾ। ਮੂੰਹ 'ਚ ਪਾਣੀ ਪਾ ਕੇ ਦੰਦੋ ਦੀ ਨੰਦੋ ਦੀ ਦੰਦਲ ਫੇਰ ਹਟਾ ਦਿੱਤੀ। ਬਖਤੌਰ ਦੀ ਜਾਨ ਨੂੰ ਪਈ ਸੀ, ਬਖਤੌਰ ਦੇ ਸਿਰ 'ਚੋਂ ਲਹੂ ਵੱਧਦਾ, ਬਾਂਹ ਟੁੱਟੀ ਗਈ, ਦੋ ਦੰਦ ਟੁੱਟ ਗਏ, ਪੱਟ 'ਚੋਂ ਖੂਨ। ਬਖਤੌਰ ਦਾ ਛੋਟਾ ਭਾਈ ਉਹਨੂੰ ਫੜ ਕੇ ਘਰੇ ਲੱਗਿਆ, ਪੱਟੀ ਕਰਤੀ, ਰਾਤ ਪੈ ਗਈ, ਅੱਧੀ ਰਾਤ ਗੁਜ਼ਰ ਗਈ। ਬਖਤੌਰੇ ਨੇ ਕਰਮੇ ਕਿਹਦੇ ਕੋਠਿਆਂ ਦੇ ਉੱਪਰੋਂ ਬੀਹੀ ਉੱਪਰ ਦੀ ਪੌੜੀ ਨੰਦੋ ਦੇ ਕੋਠੇ ਤੇ ਧਰ ਲਈ। ਬੀਹੀ ਚੌੜੀ ਪੌੜੀ ਦੇ ਬਹੁਤ ਥੋੜੇ ਪੌੜੀ ਦੇ ਥੋੜੇ ਨੁੱਗ ਜਿਹੜੇ ਨੇ ਬਨੇਰਿਆਂ ਤੇ ਪਏ। ਬਖਤੌਰ ਦੇਖਣਾ ਚਾਹੁੰਦਾ ਸੱਟ ਕਿੰਨੀ ਕੁ ਲੱਗੀ ਆ। ਹਾਏ ਹਾਏ ਉਹਦੇ ਸੀਨੇ 'ਚ ਚੋਭਾ ਮਾਰਦੀ, ਅੱਧ ਵਿਚਕਾਰ ਪੁੱਜਿਆ ਤਾਂ ਪੌੜੀ ਇੱਕ ਪਾਸੋਂ ਲਿਫ ਕੇ ਥੱਲੇ ਡਿੱਗ, ਚੂਕਣੇ ਭਰਨੇ ਬੀਹੀ ਡਿੱਗਿਆ। ਉਸਦੇ ਡਿੱਗਦੇ ਸ਼ਾਮੂ ਦੇ ਤੇ ਸ਼ਾਮੂ ਦੇ ਬੜੇ ਮੁੰਡੇ ਨੇ ਡਾਂਗਾਂ ਸਿੱਧੀਆਂ ਬਾਹੀਆਂ। ਇੱਕ ਪਲ 'ਚ ਉਹਨੇ ਬਖਤੌਰੇ ਨੂੰ ਮੱਕੀ ਦੇ ਗੁੱਲਾਂ ਨੂੰ ਭਾਂਤਾ। ਬਖਤੌਰੇ ਦੇ ਭਾਈ ਤੇ ਦੋ ਹੋਰ ਨੇ ਆ ਕੇ ਨੰਦੂ ਤੇ ਨੰਦੂ ਦਾ ਮੁੰਡਾ ਖੜਕਾ ਤਾ, ਚਾਰੇ ਡਿੱਗੇ ਪਏ। ਬਖਤੌਰੇ ਨੂੰ 4 ਦਿਨ ਹੋਸ਼ ਨਾ ਆਈ, ਤੈੜੇ ਹੱਡਾਂ ਦਾ ਸ਼ਾਮੂ ਫੇਰ ਉੱਠ ਖੜਿਆ। ਦੂਜੇ ਦਿਨ ਉੱਠ ਕੇ ਨੰਦੋ ਉਹਨੇ ਫੇਰ ਕੁੱਟੀ। ਸਾਰੇ ਇਸ ਕੁੱਟ ਕਟਾਪੇ 'ਚ ਬਖਤੌਰੇ ਦੇ ਬਾਪ ਨੇ ਸਾਰੀ ਗੱਲ ਸੁਣ ਲਈ, ਪਤਾ ਲੱਗ ਗਿਆ ਵੀ ਰੌਲਾ ਕੀ ਆ ਚਾਚੇ ਭਤੀਜੇ ਦਾ। ਸ਼ਾਮੂ ਤੋਂ ਬੜੇ ਪਿਓ ਨੇ ਫਿਰ ਗੱਲ ਕੀਤੀ,
ਆੜਤੀ ਦੇ ਗਿਆ ਨੋਟਾਂ ਦਾ ਰੁੱਗ ਖੀਸੇ ਚ ਬੁੜੇ ਨੇ ਪਾ ਲਿਆ ਵੀ ਦੋਨੇ ਘਰ ਪੱਟ ਰਹੇ ਨੇ ਹੁਣ ਗੱਲ ਨੀ ਬਣਨੀ। ਬਖਸੌਰੇ ਨੇ ਜਦ ਬੈਠਾ ਸੀ ਬਖਸੌਰੇ ਨੂੰ ਦੁੱਧ ਦੇ ਵਿੱਚ ਹਲਦੀ ਪਾ ਕੇ, ਹਾਂ ਬਈ ਸ਼ੋਰ ਤੂੰ ਦੱਸ ਤੇਰਾ ਕੀ ਇਰਾਦਾ, ਹੁਣ ਕੀ ਕਰਨਾ ਕੀ ਹੈ, ਕੁੱਤ ਪਾਓ ਐਂ ਚੱਲੂ, ਮੈਂ ਨੀ ਬਚਦਾ ਉਹਦੇ ਬਿਨਾਂ। ਕਿਹਦੇ ਬਿਨਾਂ? ਉਹਦੇ ਬਿਨਾਂ, ਕਹਿੰਦਾ ਉਹਦੇ ਕਿਹਦੇ ਬਿਨਾਂ, ਨਾਂ ਲੈ ਚਾਚੀ ਕਹੇਗਾ ਕਿ ਨੰਦੋ, ਨੰਦੋ ਕਹੂੰ, ਅੱਛਾ ਫਿਰ ਤਾਂ ਨਿਬੜ ਗਈ ਗੱਲ। ਨੰਦੋ ਸਿਸਕਦੀ ਫਿਰਦੀ ਜਦ ਦਰਾਂ ਦੇ ਵਿੱਚ ਰੋਂਦੀ ਫਿਰੇ, ਜਦ ਜੇਠ ਅੰਦਰ ਵੜਿਆ ਉਹਨੇ ਭੱਜ ਕੇ ਜਾ ਕੇ ਨੰਦੋ ਨੇ ਪੈਰੀ ਹੱਥ ਲਾਇਆ ਚੁੰਨੀ ਨਾਲ, ਜਿਉਂਦੀ ਰਹਿ ਭਾਈ, ਹਾਂ ਹੁਣ ਦੱਸ। ਬਸ ਜੀ ਬਾਪੂ ਜੀ ਮੈਂ ਕੀ ਦੱਸਣਾ, ਮੈਨੂੰ ਤਾਂ ਜਿਵੇਂ ਕਹੋ ਮੈਂ ਤਾਂ ਹਾਜ਼ਰਾਂ, ਮੈਂ ਤਾਂ ਤੁਰਦੀ ਆ ਹੁਣੇ। ਅੱਛਾ ਐ ਕਰਨਾ ਪਊ ਭਾਈ ਫਿਰ, ਨਹੀਂ ਤਾਂ ਦੋਨੇ ਟੱਬਰ ਪੱਟੇ ਜਾਣਗੇ ਪਿੰਡਾਂ। ਮੈਂ ਤਾਂ ਬਖਤੌਰੇ ਦੇ ਵਸਣਾ, ਬਖਤੌਰੇ ਦੇ, ਨੰਦੋ ਨੇ ਮੂੰਹ ਪਾੜ ਕੇ ਉੱਚੀ ਦੇ ਕੇ ਕਿਹਾ। ਤੇ ਜਦੋਂ ਅੰਦਰੋਂ ਆ ਕੇ ਨਿਕਲ ਕੇ ਸ਼ਾਮੂ ਕਰਕੇ, ਤੇਰੇ ਖਸਮ ਨੇ ਜਿਹੜੇ ਨੀਲੇ ਤਾਰੇ ਵੀ ਆ ਤੇਰੇ ਪਿਓ ਦੇ ਖੀਸੇ ਚ, ਉਹ ਕੌਣ ਦਊ? ਚੱਕ ਉਹ ਜੱਟਾ 2000 ਰੁਪਈਆ ਆਪਣਾ, ਜੇ ਮੁੜ ਕੇ ਅੱਖ ਚੱਕੀ ਤਾਂ ਮਾਰ ਮਾਰ ਕੇ ਘੀਸ ਬਲ ਕੱਢ ਦਿਆਂਗੇ। ਬਖਤੌਰੇ ਦੇ ਬਾਪੂ ਨੇ ਨੀਲੇ ਨੋਟ ਜਿਹੜੇ ਨੇ ਸ਼ਾਮੂ ਦੇ ਮੂਹਰੇ ਭਗਾ ਕੇ ਮਾਰੇ। ਪੈਸੇ ਨਾਲ ਜ਼ਿੰਦਗੀਆਂ ਖਰੀਦੀ ਦੀਆਂ ਚੌੜਿਆ, ਉਮਰ ਤਾਂ ਦੇਖ ਆਪਣੀ, ਜੋ ਆਖ ਤੇਰੇ ਵਿਆਹ ਵਾਲੇ ਨੇ ਧੀ ਦੇ ਹਾਂਡੀ ਨੂੰ ਵਿਆਹ ਕਰਾ ਕੇ ਲੈ ਆਇਆ, ਤੈਨੂੰ ਜਦ ਰੋਕਦਾ ਰਿਹਾ ਸੀ ਵੀ ਰੋਟੀ ਇੱਧਰੋਂ ਭੇਜ ਦਿਆ ਕਰਾਂਗੇ, ਜਾਂ ਕੁੜੀਆਂ ਨੂੰ ਰੋਟੀ ਲਾ ਪਕਾਉਣ, ਸਾਰਾ ਕੁਝ ਸਰਦਾ ਸੀ, ਮੇਰੇ ਹੱਥ ਸੜਦੇ ਸੀ, ਕੁੜੀਆਂ ਨੂੰ ਲਾਹੁਣੀ ਨੀ ਆਉਂਦੀ, ਕਾਹਨੂੰ ਆਉਂਦੀ ਆ ਕੁੜੀਆਂ ਨੂੰ ਲਾਹੁੜੀ ਆਉਂਦੀ, ਤੈਨੂੰ ਦੁੱਧ ਦੇ ਛੰਨੇ ਪੀਣ ਦਾ ਸ਼ੌਕ ਆ ਹਲੇ, ਅਸੀਂ ਵੀ ਜਿਉਂਦੇ ਹੀ ਆ, ਤੇਰੇ ਤੇ ਨਵੀਂ ਜਵਾਨੀ ਚੜ੍ਹਦੀ ਆ ਚਿੱਟੇ ਵਾਲਾਂ ਚ, ਤੈਨੂੰ ਸੰਗ ਨੀ ਆਉਂਦੀ ਚੌੜਿਆ। ਜਾਂ ਦੋ ਵਾਰ ਗੱਲਾਂ ਕੀਤੀਆਂ, ਸ਼ਾਮੂ ਨੇ 2000 ਰੁਪਏ ਚੱਕ ਕੇ ਖੀਸੇ ਚ ਪਾ ਲਿਆ, ਤੇ ਬਾਪੂ ਬਖਤੌਰੇ ਦਾ ਬਾਂਹ ਫੜ ਕੇ ਨਾਲ ਨੰਦੋ ਨੂੰ ਤੋਰੀ ਜਾਂਦਾ ਸੀ। ਲੋਕ ਕਹਿੰਦੇ ਇੱਟ ਬਈ ਹੁਣ ਬਿਲਕੁਲ ਥਾਂ ਤੇ ਲੱਗ ਗਈ।